ਕਾਂਗਰਸੀ ਐਮਸੀ ਦੇ ਘਰ ਲਾਲ ਪਰੀ ਦਾ ਜ਼ਖੀਰਾ ਐਮਐਲਏ ਗਿਲਜੀਆਂ ਦੀ ਸ਼ਹਿ ਤੇ ਚੱਲਦਾ ਗੋਰਖ ਧੰਦਾ ਕਾਂਗਰਸ ਦੇ ਐਮਸੀ ਦੇ ਅਵੱਲੇ ਸ਼ੌਂਕ ਬੀਤੇ ਦਿਨੀ ਐਕਸਾਈਜ਼ ਵਿਭਾਗ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਹੁਸ਼ਿਆਰਪੁਰ ਤੋਂ ਕਾਂਗਰਸੀ ਐਮਸੀ ਦੇ ਘਰੋਂ 500 ਲੀਟਰ ਨਜਾਇਜ਼ ਸ਼ਰਾਬ ਦਾ ਜ਼ਖੀਰਾ ਬਰਾਮਦ ਹੋਇਆ ਕਾਂਗਰਸ ਦੀ ਐਮਸੀ ਰਾਧਾ ਰਾਣੀ ਪੁਲਿਸ ਨੂੰ ਭੰਬਲ ਭੂਸੇ ਚ ਪਾ ਕੇ ਫਰਾਰ ਹੋ ਗਈ ਕਾਂਗਰਸ ਦੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਦਾ ਸੱਜਾ ਹੱਥ ਹੈ ਐਮਸੀ ਰਾਧਾ ਰਾਣੀ ਰਾਧਾ ਰਾਣੀ ਦੀ ਸੱਸ ਨੇ ਬੋਲਦਿਆਂ ਕਿਹਾ ਕਿ ਸੰਗਤ ਸਿੰਘ ਗਿਲਜੀਆਂ ਨੇ ਕਿਹਾ ਹੈ ਖੂਬ ਨਸ਼ਾ ਵੇਚੋ ਪੈਸੇ ਕਮਾਓ ਬਾਕੀ ਜੇ ਕੋਈ ਗੱਲ ਤੁਹਾਡੇ ਤੇ ਆਉਂਦੀ ਹੈ ਤੇ ਮੈਂ ਬੈਠਾ ਹਾਂ ਇਹ ਕਹਿਣਾ ਹੈ ਸੰਗਤ ਸਿੰਘ ਗਿਲਜੀਆਂ ਦਾ ਪਰ ਦੂਜੇ ਪਾਸੇ 4 ਹਫ਼ਤਿਆਂ ਚ ਨਸ਼ਾ ਖਤਮ ਕਰਨ ਦੀ ਸਹੁੰ ਚੁੱਕ ਮਹਾਰਾਜਾ ਅਮਰਿੰਦਰ ਸਿੰਘ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ